ਚਿਹਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਅਸੀਂ ਪਹੁੰਚੇ ਹਾਂ ਪੰਜਾਬੀਆਂ ਦੇ ਘੁੱਗਵਾਸ ਦੇ ਨਗਰ ਹੇਸਟਿੰਗਸ ਦੇ ਵਿੱਚ ਇਹ ਦੋ ਜੌੜੇ ਸ਼ਹਿਰ ਨੇ ਨੇਪੀਅਰ ਅਤੇ ਹੇਸਟਿੰਗਸ ਹੇਸਟਿੰਗਸ ਦੇ ਵਿੱਚ ਜਿੱਥੇ ਪੰਜਾਬੀ ਬੜੇ ਲੰਬੇ ਸਮੇਂ ਤੋਂ ਆਪਣੀ ਮਿਹਨਤ ਦੇ ਨਾਲ ਆਬਾਦ ਹੋ ਰਹੇ ਨੇ ਸਥਾਪਿਤ ਹੋ ਰਹੇ ਨੇ ਉੱਥੇ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ ਪੰਜ ਤਾਰਾ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਇਹਨਾਂ ਨੇ ਇੱਕ ਵੱਖਰੇ ਮੁਕਾਮ ਹਾਸਲ ਕੀਤੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਸਾਡੇ ਨਾਲ ਸਾਡੇ ਪੁਰਾਣੇ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੀ ਅਗਲੀ ਪੀੜ੍ਹੀ ਯਾਨੀ ਕਿ ਭਾਅ ਜੀ ਹਰਮੇਸ਼ ਸਹਿਜਲ ਹਾਜ਼ਰ ਨੇ ਲਓ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਤੁਹਾਡੇ ਸਰੋਤਿਆਂ ਨੂੰ ਅਤੇ ਆਪਾਂ ਜੀ ਇੱਥੇ ਹੇਸਟਿੰਗ ਵਿੱਚ 342 ਹਰਟੋਗਾ ਸਟਰੀਟ 'ਤੇ ਬੈਸਟ ਵਿੱਚ ਹਾਂ ਜੀ ਪੰਜ ਤਾਰਾ ਰੈਸਟੋਰੈਂਟ ਅਤੇ ਸਾਨੂੰ ਸਾਲ ਹੋ ਗਿਆ ਇੱਕ ਬਿਲਕੁਲ ਚੱਲ ਆਉਂਦਿਆਂ ਨੂੰ ਵਧੀਆ ਚੱਲ ਰਿਹਾ ਇਸ ਟਾਈਮ ਠੀਕ ਹੈ ਅਤੇ ਆਪਣੇ ਜਿਹੜੇ ਆਪਣੇ ਕੋਲ ਹੋਲ ਵੀ ਹੈਗਾ 60 ਤੋਂ 70 ਬੰਦਿਆਂ ਲਈ ਜੀ ਪਾਰਟੀ ਕਰਨ ਲਈ ਅਤੇ ਆਪਾਂ ਆਊਟਸਾਈਡ ਕੈਟਰਿੰਗ ਵੀ ਕਰਦੇ ਹਾਂ 300-400-500 ਜਿੰਨਾ ਵੀ ਆ ਜੀ ਉਹ ਆਪਾਂ ਕਰਦੇ ਹਾਂ ਸਾਰੇ ਅਤੇ ਆਪਾਂ ਉੱਥੇ ਸਾਰੀ ਕੁਕਿੰਗ ਕਰੀ ਦੀ ਆ ਕਿਆ ਬਾਤ ਹਾਂਜੀ ਆਪਾਂ ਅਤੇ ਭਾਅ ਜੀ 7 ਦਿਨ ਸਾਡੇ ਪਿਆਰਿਆਂ ਦੀ ਸੇਵਾ 'ਚ ਹਾਜ਼ਰ ਰਹੇ ਨੇ ਤੁਸੀਂ ਕਿਹੜੇ ਕਿਹੜੇ ਦਿਨ ਅਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹਾਂਜੀ 7 ਡੇਜ਼ ਓਪਨ ਹੈਗਾ ਅਤੇ 11 ਵਜੇ ਤੋਂ 10 ਵਜੇ ਤੱਕ ਓਪਨ ਹੁੰਦਾ ਜੀ ਅਤੇ ਇੱਕ ਚੀਜ਼ ਬਹੁਤ ਖੂਬਸੂਰਤ ਆ ਆਪਣੇ ਦੇਸ਼ ਦੇ ਵਿੱਚ ਲੋਕਾਂ ਦਾ ਪਿਆਰ ਇਤਫਾਕ ਘਟੀ ਜਾਂਦਾ ਲੇਕਿਨ ਇੱਥੇ ਮੈਂ ਦੇਖ ਰਿਹਾ ਪਰਿਵਾਰਕ ਸਹਿਯੋਗ ਜਿਹੜਾ ਭਾਅ ਜੀ ਦੇ ਨਾਲ ਬਹੁਤ ਜ਼ਿਆਦਾ ਨਿੱਕਾ ਵੀ ਜਸਵਿੰਦਰ ਸਹਿਜਲ ਜਿਹੜਾ ਉਹ ਵੀ ਨਾਲ ਸਾਥ ਦੇ ਰਿਹਾ ਪਰਿਵਾਰ ਦੇ ਵਿੱਚ ਪਿੱਛੇ ਦੇਖ ਰਿਹਾ ਸੀ ਪੂਰੀ ਫੈਮਿਲੀ ਜਿਹੜੀ ਹੈ ਇਹਨਾਂ ਨੂੰ ਸਪੋਰਟ ਕਰ ਰਹੀ ਆ